ਭਾਰਤੀ ਦੀ ਦੀਪਤੀ ਜਿਵਨਜੀ ਨੇ ਵਿਸ਼ਵ ਪੈਰਾ ਐਥਲੈਟਿਕਸ ਚੈਂਪੀਅਨਸ਼ਿਪ ਵਿੱਚ ਔਰਤਾਂ ਦੇ 400 ਮੀਟਰ ਦੀ T20 ਵਰਗ ਵਿੱਚ 55.06 ਸਕਿੰਡ ਦੇ ਨਵੇਂ ਵਿਸ਼ਵ ਰਿਕਾਰਡ ਦੇ ਨਾਲ ਭਾਰਤ ਦਾ ਪਹਿਲਾ ਸੋਨ ਤਮਗਾ ਜਿੱਤਿਆ। ਜਾਪਾਨ ਦੇ ਕੋਬੇ ਵੀ ਚੱਲ ਰਹੀ ਇਸ ਚੈਂਪੀਅਨਸ਼ਿਪ ਵਿੱਚ 20 ਸਾਲਾ ਭਾਰਤੀ ਖਿਡਾਰਨ ਨੇ ਪਹਿਲੇ ਵਿਸ਼ਵ ਰਿਕਾਰਡ 55.12 ਸਕਿੰਡ ਨੂੰ ਤੋੜਦਿਆਂ ਇਹ ਨਵਾਂ ਕੀਰਤੀਮਾਨ ਸਾਬਿਤ ਕੀਤਾ। ਭਾਰਤ ਇਸ ਚੈਂਪੀਅਨਸ਼ਿਪ ਵਿੱਚ ਹੁਣ ਤੱਕ ਇੱਕ ਸੋਨ ਤਮਗਾ, ਦੋ ਚਾਂਦੀ ਦੇ ਤੇ ਇੱਕ ਕਾਂਸੀ ਦਾ ਤਮਗਾ ਜਿੱਤ ਚੁੱਕਾ ਹੈ।